ਸਤਿ ਸ਼੍ਰੀ ਅਕਾਲ ਜੀ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਾਲਕ ਦੀ ਭੁਰਜੀ ਬਣਾਵਾਂਗੇ ਇਹ ਇੱਕ ਹੈਲਦੀ ਸਬਜ਼ੀ ਹੈ ਅਤੇ ਬਹੁਤ ਹੀ ਟੇਸਟੀ ਬਣਦੀ ਹੈ ਇਹ ਆਪਣੀ ਸਿਹਤ ਲਈ ਫਾਇਦੇਮੰਦ ਹੈ ਅਤੇ ਇਹ ਹਰੀ ਸਬਜ਼ੀ ਹੁੰਦੀ ਹੈ ਅਤੇ ਇਹ ਆਪਾਂ ਨੂੰ ਖਾਣੀ ਵੀ ਬਹੁਤ ਵਧੀਆ ਠੀਕ ਹੁੰਦੀ ਹੈ ਸੋ ਫਰੈਂਡਸ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਚੰਗੀਆਂ ਲੱਗਦੀਆਂ ਤਾਂ ਪਲੀਜ਼ ਮੈਨੂੰ ਲਾਈਕ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਚਲੋ ਆਓ ਹੁਣ ਆਪਾਂ ਤੁਹਾਨੂੰ ਦੱਸ ਦਿਆਂਗੇ ਆਪਾਂ ਨੇ ਪਾਲਕ ਦੀ ਭੁਰਜੀ ਬਣਾਉਣ ਲਈ ਕੀ ਸਮਾਨ ਲਿਆ ਆਪਣੇ ਪਾਲਕ ਲਈ ਇਹ ਪਾਲਕ ਆਪਣੀ ਘਰ ਦੀ ਹੋਏ ਦੇਖੋ ਕਿੰਨੀ ਸੋਹਣੀ ਕੱਚੀ ਕੱਚੀ ਪਾਲਕ ਹੈ ਇਹ ਆਪਣੇ ਧੋ ਕੇ ਸਵਾਰ ਕੇ ਰੱਖ ਲਈ ਇਹਦਾ ਹੁਣ ਪਾਣੀ ਉੱਚੜ ਰਿਹਾ ਇਹ ਆਪਣੇ ਆਲੂ ਛਿੱਲੇ ਹੋਏ ਨੇ ਇੱਧਰ ਆਪਣਾ ਨਮਕ ਮਿਰਚ ਆਪਾਂ ਆਪਣੇ ਟੇਸਟ ਅਕੋਰਡਿੰਗ ਪਾਵਾਂਗੇ ਅਤੇ ਇਹ ਆਪਣੇ ਜਿਹੜੇ ਪਿਆਜ਼ ਹੈ ਹਰੇ ਭੂੰਕਾਂ ਵਾਲੇ ਹੈ ਕਿਉਂਕਿ ਜਿਹੜੇ ਪਿਆਜ਼ ਹੈ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਹੁਣ ਆਪਾਂ ਭੂੰਕਾਂ ਵਾਲੇ ਪਿਆਜ਼ ਆਪਣੇ ਹਰੇ ਹੀ ਘਰ ਦੇ ਪੱਟ ਪੱਟ ਕੇ ਖਾਵਾਂਗੇ ਪਿਆਜ਼ ਜਿਹੜਾ ਫਰੈਂਡਸ ਉਹ ਬਹੁਤ ਜ਼ਿਆਦਾ ਮਹਿੰਗੇ ਹੋ ਗਏ 100 ਰੁਪਏ ਕਿਲੋ ਹੋ ਗਏ ਪਿਆਜ਼ ਦੇਖੋ ਪਿਆਜ਼ ਲੈਣੇ ਵੀ ਕਿੰਨੇ ਔਖੇ ਹੋ ਗਏ ਦੇਖੋ ਆਪਾਂ ਜਿਹੜੇ ਪਿਆਜ਼ ਇਹ ਛਿੱਲ ਲਏ ਅਤੇ ਹੁਣ ਆਪਾਂ ਇਹਨਾਂ ਨੂੰ ਧੋ ਲਾਂਗੇ ਭੁੰਕਾਂ ਨੂੰ ਤਾਂ ਆਪਾਂ ਜਿਹੜੇ ਪਾਲਕ ਵਿੱਚ ਚੀਰ ਲਾਂਗੇ ਅਤੇ ਪਿਆਜ਼ ਦਾ ਆਪਾਂ ਇੱਦਾਂ ਹੀ ਚੀਰ ਕੇ ਤੜਕਾ ਲਗਾ ਲਾਂਗੇ ਬਰੀਕ ਬਰੀਕ ਕਿਉਂਕਿ ਇਹ ਕੱਚੇ ਪਿਆਜ਼ ਨੇ ਜਲਦੀ ਹੀ ਘੁਲ ਜਾਣਗੇ ਸਬਜ਼ੀ ਦੇ ਵਿੱਚ ਅਤੇ ਇੱਧਰ ਆਪਾਂ ਨੇ ਚੁੱਲ੍ਹੇ 'ਤੇ ਕੜਾਹੀ ਰੱਖੀ ਹੋਈ ਹੈ ਇਹ ਸੁੱਕ ਗਈ ਆਪਣੀ ਕੜਾਹੀ ਆਪਾਂ ਇਹਦੇ ਵਿੱਚ ਇੰਨੇ ਤੇਲ ਪਾ ਦਿੰਦੇ ਹਾਂ ਕਿਉਂਕਿ ਜਿਹੜਾ ਤੇਲ ਹੈ ਆਪਣਾ ਇੰਨੇ ਗਰਮ ਹੋ ਲੂਗਾ ਕੜ ਲੂਗਾ ਸਮਾਰ ਕੇ ਆਪਾਂ ਇਹਦੇ ਵਿੱਚ ਇੱਕ ਕੜਛੀ ਤੇਲ ਦੀ ਪਾਈਏ ਸਰੋਂ ਦੇ ਤੇਲ ਦੀ ਦੇਖੋ ਇੱਧਰ ਆਪਣਾ ਤੇਲ ਹੈ ਉਹ ਵੀ ਗਰਮ ਹੋ ਗਿਆ ਅਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਠੀਕ ਇੱਧਰ ਆਪਣਾ ਜੀਰਾ ਜਿਹੜਾ ਭੁੰਨ ਹੋ ਗਿਆ ਆਪਣਾ ਭੁੰਨ ਹੋ ਗਿਆ ਆਪਾਂ ਇਹਦੇ ਵਿੱਚ ਜਿਹੜਾ ਪਿਆਜ਼ ਚੀਰ ਕੇ ਰੱਖਿਆ ਹੋਇਆ ਉਹ ਪਾ ਦਾਂਗੇ ਇਹਨੇ ਜਿਹੜਾ ਮੰਮੀ ਆਪਣਾ ਹਰਾ ਲਸਣ ਪੱਟ ਕੇ ਲੈ ਕੇ ਆਏ ਨੇ ਉਹ ਚੀਰ ਲੈਂਦੀ ਹਾਂ ਮੈਂ ਹਰੇ ਲਸਣ ਦੇ ਫਰੈਂਡਸ ਪਰੌਂਠੇ ਹੀ ਬਹੁਤ ਵਧੀਆ ਬਣਦੇ ਨੇ ਹਜੇ ਇਹ ਥੋੜ੍ਹਾ ਛੋਟਾ ਹੈ ਥੋੜ੍ਹਾ ਵੱਡਾ ਹੋ ਜੂਗਾ ਫਿਰ ਜਦੋਂ ਲਸਣ ਦੀ ਗੱਠੀ ਬੈਠ ਜੂਗੀ ਫਿਰ ਆਪਾਂ ਤੁਹਾਨੂੰ ਇਹਦੇ ਪਰਾਂਠੇ ਵੀ ਬਣਾ ਕੇ ਦਿਖਾਵਾਂਗੇ ਕਿਉਂਕਿ ਸਰਦੀਆਂ ਵਿੱਚ ਲਸਣ ਦੇ ਪਰਾਂਠੇ ਖਾਣੇ ਜਿਹੜੇ ਆਪਣੀ ਸਿਹਤ ਲਈ ਵੀ ਵਧੀਆ ਹੁੰਦੇ ਨੇ ਅਤੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇਹ ਵੀ ਦੇਖੋ ਜਿਹੜਾ ਆਪਣਾ ਪਿਆਜ਼ ਉਹ ਭੁੰਨ ਹੋ ਗਿਆ ਅਤੇ ਆਪਾਂ ਨੇ ਇਹ ਲਸਣ ਜਿਹੜਾ ਚੀਰ ਲਿਆ ਬਰੀਕ ਬਰੀਕ ਇਹਨੂੰ ਵੀ ਆਪਾਂ ਵਿੱਚੇ ਪਾ ਦਾਂਗੇ ਇਹਨੂੰ ਵੀ ਆਪਾਂ ਭੁੰਨ ਲਾਂਗੇ ਆਪਾਂ ਜਿਹੜਾ ਟਮਾਟਰ ਨੂੰ ਵੀ ਇੱਦਾਂ ਹੀ ਬਰੀਕ ਬਰੀਕ ਚੀਰ ਲੈਣਾ ਅੱਜ ਆਪਾਂ ਸਾਰੀ ਸਬਜ਼ੀ ਨੂੰ ਪਾਲਕ ਦੀ ਭੁਰਜੀ ਨੂੰ ਚੀਰ ਕੇ ਹੀ ਬਣਾਵਾਂਗੇ ਕੋਈ ਮਸਾਲਾ ਪੀਸਾਂਗੇ ਨਹੀਂ ਦੇਖੋ ਇੱਧਰ ਆਪਣੇ ਪਿਆਜ਼ ਅਤੇ ਲਸਣ ਵੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਹਲਦੀ ਦਾ ਪਾ ਦਾਂਗੇ ਅਤੇ ਇੱਕ ਚਮਚ ਲੂਣ ਦਾ ਪਾ ਦਾਂਗੇ ਅੱਧਾ ਚਮਚ ਲਾਲ ਮਿਰਚ ਜਿਹੜਾ ਆਪਾਂ ਨੇ ਟਮਾਟਰ ਚੀਰ ਕੇ ਰੱਖਿਆ ਹੋਇਆ ਹੁਣ ਇਹ ਪਾ ਦਾਂਗੇ ਦੇਖੋ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਦਾਂਗੇ ਪਾਣੀ ਪਾ ਕੇ ਜਿਹੜਾ ਹੁਣ ਟਮਾਟਰ ਐਨ ਅੱਛੀ ਤਰ੍ਹਾਂ ਭੁੰਨ ਹੋ ਜੂਗਾ ਅਤੇ ਮਸਾਲਾ ਵੀ ਐਨ ਚੰਗੀ ਤਰ੍ਹਾਂ ਵਧੀਆ ਤਿਆਰ ਹੋ ਜੂਗਾ ਬਣ ਕੇ ਆਪਣਾ ਭੁੰਨ ਕੇ ਇੱਕ ਚਮਚ ਜਿਹੜਾ ਆਪਾਂ ਪਾਵਾਂਗੇ ਇਹਦੇ ਵਿੱਚ ਪਾਓ ਭਾਜੀ ਮਸਾਲੇ ਦਾ ਇਹਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਹੈ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ
ਜਿੰਨਾ ਆਪਾਂ ਆਪਣੇ ਮਸਾਲੇ ਨੂੰ ਪਾਣੀ ਪਾ ਪਾ ਕੇ ਭੁੰਨਣਾ ਜਿਹੜੀ ਸਬਜ਼ੀ ਆ ਉਹਦਾ ਓਨਾ ਹੀ ਟੇਸਟ ਜ਼ਿਆਦਾ ਵਧੀਆ ਆਊਗਾ। ਜਿਹੜੇ ਟਮਾਟਰ ਆ ਉਹ ਐਨ ਚੰਗੀ ਤਰ੍ਹਾਂ ਵਿੱਚ ਦੇਖੜੇ, ਆਪਣਾ ਮਸਾਲਾ ਇਹ ਭੁੰਨ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਜਿਹੜੇ ਆਲੂ ਆ ਇਹ ਪਾ ਦਾਂਗੇ। ਆਲੂਆਂ ਨੇ ਆਪਾਂ ਨੇ ਪਾਲਕ ਤੋਂ ਪਹਿਲਾਂ ਪਾਉਣਾ ਹੈ। ਇੱਧਰ ਮੰਮੀ ਆਪਣਾ ਸੂਟ ਸਿਉਣ ਲੱਗੇ ਹੋਏ ਨੇ, ਕਹਿੰਦੇ ਮੈਂ ਇੰਨੇ ਆਪਣਾ ਸੂਟ ਸਿਉਂ ਲੈਂਦੀ ਹਾਂ। ਦੇਖੋ ਇੰਨੇ ਆਪਣੇ ਆਲੂ ਹੁਣ ਕੋਈ ਨੀ, ਬਸ ਚੀਰ ਹੋ ਗਈ ਮੇਰੀ ਪਾਲਕ, ਮੈਂ ਸਿਉਂ ਦਵਾਂ, ਤੁਸੀਂ ਹੋਰ ਕੰਮ ਕਰ ਲਿਓ। ਥੋੜ੍ਹਾ ਪਾਣੀ ਪਾ ਕੇ ਰਝਾ ਲਿਆ ਆਲੂ, ਕਿਉਂਕਿ ਜਿਹੜੇ ਆਲੂ ਉਹ ਜਲਦੀ ਨਹੀਂ ਬਣਦੇ, ਪਾਲਕ ਬਣ ਜਾਂਦੀ ਹੈ ਇਸ ਕਰਕੇ। ਅਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾਲਕ ਜਿਹੜੀ ਆਪਣੀ ਚੀਰੀ ਹੈ, ਪਾਲਕ ਮੇਥੀ ਚੀਰੀ, ਇਹ ਪਾ ਦਾਂਗੇ। ਪੈਨ ਸਬਜ਼ੀ ਨੂੰ ਹਿਲਾਵਾਂਗੇ, ਮਿਕਸ ਕਰ ਲਾਂਗੇ ਤਾਂ ਜਿਹੜਾ ਆਪਣਾ ਨਮਕ ਮਿਰਚ ਇਹਦੇ ਵਿੱਚ ਐਨ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਅਤੇ ਫਿਰ ਆਪਾਂ ਇਹਨੂੰ ਢੱਕ ਦਾਂਗੇ। ਹੁਣ ਆਪਾਂ ਇਹਨੂੰ ਢੱਕ ਦਾਂਗੇ, ਢੱਕ ਕੇ ਪਕਾ। ਸਬਜ਼ੀ ਤਾਂ ਮੰਮੀ ਤੜਕ ਹੋ ਗਈ, ਲੈ ਮੈਂ ਸਿਉਂਵਾਂ ਦੇਖਾਂ। ਠੀਕ ਹੈ, ਨਿਸ਼ਾਨੀ ਤਾਂ ਮੈਂ ਸੀ, ਬਸ ਲਈ ਵੀ ਪੱਕੇ ਪਾਸੇ ਲਓ, ਮੈਂ ਸਿਉਂਵਾਂ, ਤੁਸੀਂ ਸਬਜ਼ੀ ਦੇਖ ਲਿਓ, ਹੋਰ ਕੰਮ ਕਰ ਲਓ। ਕੋਈ ਨਹੀਂ, ਮੈਂ ਆਪੇ ਕਰਦਾ। ਦੇਖੋ ਜਿਹੜੇ ਮੰਮੀ ਆ ਸਬਜ਼ੀ 'ਚ ਕੜਛੀ ਫੇਰ ਰਹੇ ਨੇ, ਕਹਿੰਦੇ ਇੰਨੇ ਸਬਜ਼ੀ ਦੇਖ ਲਾ। ਪਾਲਕ ਨੇ ਦੇਖੋ ਕਿੰਨਾ ਪਾਣੀ ਛੱਡ ਦਿਆ, ਆਪਾਂ ਹੁਣ ਇਹਨੂੰ ਇੱਦਾਂ ਹੀ ਰਝਾਵਾਂਗੇ ਬਿਨਾਂ ਪਲੇਟ ਦੇ।
ਤਾਂ ਜੋ ਇਹਦਾ ਐਨ ਪਾਣੀ ਜਿਹੜਾ ਸੁੱਕ ਜਾਵੇ ਅਤੇ ਉਹਦੇ ਨਾਲ ਜਿਹੜੀ ਆਪਣੀ ਸਬਜ਼ੀ ਆ ਉਹ ਵੀ ਵਧੀਆ ਬਣੂਗੀ ਸੁੱਕੀ ਜੀ। ਹੁਣ ਆਪਾਂ ਪਾਲਕ ਔਰ ਆਲੂਆਂ ਦੀ ਜਿਹੜੀ ਭੁਰਜੀ ਬਣਾ ਰਹੇ ਹਾਂ ਇਹਨੂੰ ਸੁੱਕੀ ਐਵੇਂ ਰਝਾਵਾਂਗੇ। ਨਹੀਂ ਬਾਹਰੇ ਪਾ ਜਾ ਦਾਣਾ, ਸੰਡੇ ਕਰ ਜਾ ਬਾਹਰੇ। ਖਾ ਲਓ ਤੁਸੀਂ ਵੀ, ਖਾ ਲਓ, ਮੈਨੂੰ ਜੂਸ ਜ਼ਿਆਦਾ ਵਧੀਆ ਲੱਗਦਾ ਹੈ, ਜੂਸ ਕੱਢੋ। ਕਿਆ ਖਬਰ ਆਈ ਮੰਮੀ ਅੱਜ? ਦੇਖੋ ਸਲਵਾਰ ਤਾਂ ਤਿਆਰ ਹੋ ਗਈ ਬਣ ਕੇ, ਬਸ ਹੁਣ ਮੈਂ ਵਲ ਪਾ ਰਹੀ ਹਾਂ, ਵਲ ਪਾ ਕੇ ਫਿਰ ਬੈਲਟ ਚੜ੍ਹ ਦੂੰਗੀ। ਲਾ ਦਿਓ ਮੰਮੀ, ਵੈਸੇ ਸਲਵਾਰ ਵੀ ਥੋੜ੍ਹੀ ਸਿਉਂ ਹੋ ਗਈ, ਥੋੜ੍ਹੀ ਜਿਹੀ ਰਹਿ ਗਈ, ਉੱਧਰ ਸਬਜ਼ੀ ਵੀ ਬਣਨ ਵਾਲੀ ਹੈ। ਦੇਖ ਜਿਹੜੀ ਸਬਜ਼ੀ, ਦੇਖੋ ਜਿਹੜੀ ਆਪਣੀ ਸਬਜ਼ੀ ਹੈ ਇਹ ਪਾਲਕ ਦੀ ਭੁਰਜੀ ਐਨ ਬਣ ਗਈ, ਆਲੂ ਵੀ ਐਨ ਬਣ ਗਏ, ਅਤੇ ਦੇਖੋ ਐਨ ਸੁੱਕੀ ਸਬਜ਼ੀ ਬਣ ਗਈ ਅਤੇ ਬਹੁਤ ਹੀ ਟੇਸਟੀ ਬਣੀ ਹੈ, ਖਾਣ 'ਚ ਵੀ ਇਹ ਬਹੁਤ ਵਧੀਆ ਲੱਗ ਰਹੀ ਦੇਖਣ ਨੂੰ ਵੀ। ਸੋ ਫਰੈਂਡਸ, ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ। ਦੇਖੋ ਮੈਂ ਸਬਜ਼ੀ ਵੀ ਬਣਾ ਲਈ ਅਤੇ ਮੰਮੀ ਦਾ ਸੂਟ ਵੀ ਸੀਂ ਹੋ ਗਿਆ, ਮੰਮੀ ਨੇ ਆਪਣਾ ਕੱਪੜੇ ਤੈਂਹ ਵੀ ਲਾ ਲਈਆਂ। ਇਹ ਮੰਨ ਲਓ ਮੇਰੀ ਰੂਟੀਨ ਹੀ ਸੀਗੀ ਮੈਂ ਤੁਹਾਨੂੰ ਜਿਹੜੀ ਅੱਜ ਦਿਖਾਈ, ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ। ਚਲੋ ਜੀ, ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਬਾਏ ਬਾਏ।